ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸੰਗਤ ਵਿੱਚ
ਸ਼ਰਧਾਂਜਲੀ ਦੇਣ ਦੇ ਲਈ ਸਪੀਕਰ ਮੈਡਮ ਸੁਮਿਤਰਾ ਮਹਾਜਨ ਨੂੰ ਮੰਗ ਪੱਤਰ ਭਗਵੰਤ ਮਾਨ ਵੱਲੋਂ ਸੌਂਪਿਆ ਗਿਆ ਸੀ, ਜਿਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਭਾਰਤ ਦੀ ਸੰਸਦ ਨੇ ਪਹਿਲੀ ਵਾਰ ਸਾਂਝਾ ਕੀਤਾ। ਇਸ ਮੌਕੇ ਸੰਸਦ ਵਿੱਚ ਭਗਵੰਤ ਮਾਨ ਨੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। माननीय स्पीकर महोदया, हमारे देश में ये परंपरा रही है कि जब किसी भी धर्म का कोई खास दिन होता है तो सरकार की तरफ से संदेश जारी किया जाता है। सिखों के 10वें गुरु श्री गुरु गोविंद सिंह जी के दो छोटे साहबजादे बाबा जोरावर सिंह जी और बाबा फतेह सिंह जी को, जिनको सरकार से साहबजादे पुकारते हैं, उनको आज के दिन 9 व 6 साल की उम्र में सरहंद की दीवार में 1705 ईस्वी में चुनवा कर शहीद कर दिया गया था। उनकी याद में दुनिया के समूह सिख व पंजाब के सभी लोग धर्म के भेदभाव से ऊपर उठकर दिसंबर के आखिरी सप्ताह को शहीदी सप्ताह के रूप में नमन करते हैं। मेरा आपसे आग्रह है मैम कि संसद की तरफ से छोटे साहबजादों की लासानी कुर्बानी को याद करते हुए श्रद्धा और श्रद्धांजलि का संदेश दिया जाए, ताकि आने वाली पीढ़ी को उनकी इस बेमिसाल कुर्बानी की याद रहे और उनकी इस कुर्बानी को देश नमन करता रहे। ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਮੈਡਮ ਸਪੀਕਰ ਗੱਲ ਕਰ ਰਹੇ ਸਨ ਤਾਂ ਕੁਝ ਸੰਸਦ ਮੈਂਬਰ ਰੌਲਾ ਰੱਪਾ ਪਾ ਰਹੇ ਸਨ, ਜਿਸ ਤੇ ਮੈਡਮ ਸਪੀਕਰ ਨੇ ਇਹਨਾਂ ਸੰਸਦ ਮੈਂਬਰਾਂ ਨੂੰ ਤਾੜਿਆ ਅਤੇ ਦੱਸਿਆ ਕਿ ਉਹ ਕਿਹਨਾਂ ਸਾਹਿਬਜ਼ਾਦਿਆਂ ਦੀ ਗੱਲ ਕਰ ਰਹੇ ਨੇ। What I'm talking about बहुत एक बहुत सीरियस बात पे बोल रही हूँ, छोटे छोटे बच्चों की शहादत पे बोल रही हूँ, बात को समझो। आई नो मैंने यही कहा, पूरा सदन उनकी जो शहादत हुई है, जो बहादुरी दोनों बच्चों ने दिखाई है, मैं भी जानती हूँ कि जब बड़े बच्चों के आंख में आंसू थे तो पूछा गया कि तुम्हें डर लग रहा है क्या मौत का, पहले दीवार में छोटा भाई जाएगा, मैं बाद में जाऊंगा, ये बड़े बेटे ने कहा। इस तरीके से बहुत ही, इसको कहते हैं शौर्य के साथ, धैर्य के साथ उन्होंने अपना बलिदान दिया है। और इसलिए पूरे देश की संवेदना ही नहीं, पूरा देश इसमें सम्मिलित है कि ऐसे कई लोगों के जो बलिदान हुए हैं, इसको देश भूल नहीं सकता है। इसलिए मैंने कहा पूरा सदन साथ में है इन बात। ਵੀਰੋ, ਇਹਦੇ 'ਚ ਦੋ ਸਵਾਲ ਪੈਦਾ ਹੁੰਦੇ ਨੇ ਹੁਣ। ਆਂਧਰਾ ਪ੍ਰਦੇਸ਼ ਵਾਲੇ ਤਾਂ ਮੈਂ ਰੋਕ ਲਏ ਸੀਗੇ ਵੀ ਤੁਸੀਂ ਜਾਇਓ, ਨਾ ਨਹੀਂ ਤਾਂ ਪਾਰਲੀਮੈਂਟ ਬੰਦ ਹੋ ਜਾਊਗੀ। ਬੀਜੇਪੀ ਵਾਲੇ ਰੌਲਾ ਪਾ ਰਹੇ, ਬੀਜੇਪੀ ਦੀ ਸਾਂਝ ਕਿਹਦੇ ਨਾਲ ਪੰਜਾਬ 'ਚ? ਅੱਕਾ ਹਰਸਿਮਰਤ ਕੌਰ ਉੱਥੇ ਬੈਠੀ ਸੀਗੀ, ਉਹ ਚੁੱਪ ਨਹੀਂ ਕਰਾ ਸਕਦੀ ਸੀ। ਮੈਂ ਆਂਧਰਾ ਵਾਲਿਆਂ ਨੂੰ ਰੋਕੀ ਬੈਠਾ ਸੀ ਜਦੋਂ, ਮੈਂ ਮੈਡਮ ਸਪੀਕਰ 1 ਮਿੰਟ ਦੇ ਮੌਨ ਵਾਸਤੇ ਵੀ ਮਨਾ ਲਈ ਸੀ ਵੀ ਮੌਨ ਰੱਖਾਂ, ਮੌਨ ਨਹੀਂ ਹੋ ਸਕਿਆ ਕਿਉਂਕਿ ਰੌਲਾ ਪਾਉਂਦੇ ਸੀ ਬੀਜੇਪੀ ਵਾਲੇ। ਇੱਥੇ ਵੋਟਾਂ ਮੰਗਦੇ ਯਾਰ ਮੋਦੀ ਦੇ ਨਾਂ 'ਤੇ, ਉੱਥੇ ਸ਼ਰਧਾਂਜਲੀ ਦੇਣ ਦਿੰਦੇ ਇਹ, ਨਾ ਗੁਰੂ ਇਹਨਾਂ ਦੇ ਏਜੰਡੇ 'ਤੇ, ਨਾ ਗੁਰੂ ਦੀ ਬਾਣੀ, ਨਾ ਗੁਰੂ ਦੇ ਸਾਹਿਬਜ਼ਾਦੇ, ਨਾ ਆਮ ਲੋਕ, ਆਪ ਦਿੱਤੀਆਂ ਪੁੱਤੀ ਏਜੰਡੇ 'ਤੇ ਨੇ ਬਸ। ਆਹ ਕੌਣ ਹੈ ਜੀ ਬਾਲ ਦਾ ਮੁੰਡਾ, ਆਹ ਕੌਣ ਹੈ ਢੀਂਡਸਾ ਮੁੰਡਾ, ਆਹ ਕੌਣ ਹੈ ਚੰਦੂ ਮਾਰੇ ਦਾ ਮੁੰਡਾ, ਆਹ ਕੌਣ ਹੈ ਭੂੰਦੜ ਦਾ ਮੁੰਡਾ, ਆਹ ਕੌਣ ਹੈ ਮਲੂਕੇ ਦਾ ਮੁੰਡਾ, ਆਹ ਕੌਣ ਹੈ ਭੱਠਲ ਦਾ ਮੁੰਡਾ, ਭਾਵੇਂ ਇੱਧਰੋਂ ਉੱਧਰੋਂ ਗੋਦ ਲੈਣੇ ਪਹਿਣ ਲਿਆਉਣੇ ਆਪਣੀ ਪੈਣੇ, ਇਹਨਾਂ ਦਾ ਮੈਂ ਕੱਢੋ ਤੋਂ ਬਾਬਾ ਤੁਸੀਂ ਚੱਕ ਦਿੱਤੇ ਥਾਂ 'ਤੇ ਦੇ ਰਹੋ, ਨਾ ਮੈਂ ਦੇਖੋ ਇਹਨਾਂ ਨੂੰ। ਮੈਂ ਇਸੇ ਕੰਮ 'ਤੇ ਹਾਂ, ਮੈਂ ਕਿਹੜਾ ਗੈਸ ਵੈਲਡਿੰਗ ਕਰਨੀ ਹੈ, ਇਹਨਾਂ ਦੀ ਵੈਲਡਿੰਗ ਕਰਨੀ ਹੈ ਮੈਂ, ਠੀਕ ਹੈ ਨਾ। ਆਹ ਹਰਪਾਲ ਚੀਮਾ ਜੀ ਖੜ੍ਹੇ ਨੇ ਵੀਰੋ, ਵਰਕਰਾਂ ਵਾਂਗੂ ਵਲੰਟੀਅਰ ਵਾਂਗੂ ਮੋਟਰਸਾਈਕਲ 'ਤੇ ਕਾਫਲੇ ਨੂੰ ਠੀਕ ਸਿੱਧਾ ਕਰਦੇ ਫਿਰਦੇ ਨੇ। ਛੋਟਾ ਮੋਟਾ ਉਹਦਾ ਨਹੀਂ ਹੈਗਾ ਨਾ ਕੋਲ, ਵਿਰੋਧੀ ਧਿਰ ਦਾ ਨੇਤਾ ਜਿਹੜਾ ਹੁੰਦਾ ਨਾ, ਰਾਜੇ ਦੇ ਬਰਾਬਰ ਕੁਰਸੀ ਰਹਿੰਦੀ ਹੈ ਵਿਰੋਧੀ ਧਿਰ ਦੇ ਨੇਤਾ ਦੀ। ਹਾਂ, ਆਹ ਫਿਰਦੇ ਆ ਇੱਥੇ ਵਰਕਰਾਂ ਵਾਂਗੂ, ਡਰ ਤਾਂ ਨਹੀਂ ਲੱਗਦਾ ਹੁਣ ਐਮਪੀ ਦੇ ਐਮਐਲਏ ਤੋਂ? ਹਾਂ, ਇਹ ਡਰ ਹੀ ਕੱਢਤਾ ਆਪਾਂ। ਮੈਂ ਆਪ ਦੇਖਿਆ ਸਾਡੇ ਪਿੰਡ ਜੋ ਕੋਈ ਐਮਪੀ ਆਉਂਦਾ ਸੀਗਾ, ਐਂ ਲੋਕ ਤਰ੍ਹਾਂ ਹੀ ਬੈਠੇ ਹੁੰਦੇ ਆ। ਮੈਂ ਛੋਟਾ ਜਿਹਾ ਹੁੰਦਾ ਸੀ, ਜੇ ਕੋਈ ਬੋਲਦਾ ਨਾਲ ਦੇ ਨੂੰ ਕਹਿੰਦਾ, ਨਾ ਓਏ ਤੂੰ ਨਾ ਬੋਲੇ ਐਮਪੀ ਹੈ, ਇਹਦੇ ਮੂਹਰੇ ਨਹੀਂ ਬੋਲਦੇ ਹੁੰਦੇ, ਪੁਲਿਸ ਫੜ ਲੈਂਦੀ ਹੁੰਦੀ ਹੁੰਦਾ। ਹੁਣ ਤੁਸੀਂ ਉਹਨਾਂ ਨੂੰ ਨਹੀਂ ਬੋਲਣ ਦਿਓ, ਮੈਂ ਪਰਾਂ ਹੋ ਜਾ, ਤੂੰ ਚਲ ਜਾ ਜਾ, ਗਲੀਆਂ 'ਚ ਗੱਡੀ ਫਿਰਦੇ ਨੇ, ਉਹਨਾਂ ਨੇ ਢੱਠਾ ਨਹੀਂ ਭਜਾਉਂਦਾ, ਇੱਧਰ ਵੀ ਲੰਘ ਗਏ, ਉੱਧਰ ਨਿਕਲ ਗਏ ਬੁੱਲੇ ਉਹਦੇ ਘਰ ਕੋਲੇ, ਇਹੀ ਹੈ ਨਾ, ਚੱਕ ਦਿਓ ਫੱਟੇ ਬਸ, ਲਾ ਦੇ ਵੀ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਇਹ ਨਿਕਲੋ।